ਮੁੜ ਵਸੇਬਾ ਕਣੇ ਜੰਗਲ ਵਿੱਚੋਂ ਇੱਕ ਨਦੀ ਲੰਘਦੀ ਸੀ ਉਸ ਨਦੀ ਦੇ ਦੱਖਣੀ ਕਿਨਾਰੇ ਤੇ ਮਗਰਮੱਛਾਂ ਦਾ ਬਸੇਰਾ ਸੀ ਉਸ ਬਸੇਰੇ ਲਾਗੇ ਇੱਕ ਵੱਡਾ ਰੁੱਖ ਨਦੀ ਵੱਲ ਚੁੱਕਿਆ ਹੋਇਆ ਸੀ ਇੱਕ ਵਾਰ ਉਸ ਨਦੀ ਵਿੱਚ ਭਿਆਨਕ ਹੜ ਆ ਗਿਆ ਉਸ ਵੇਲੇ ਮਗਰਮੱਛਣੀ ਚਿੱਕੜ ਵਿੱਚ ਲੰਮੀ ਪਈ ਹੋਈ ਸੀ ਪਾਣੀ ਦੇ ਤੇਜ਼ ਵਹਾਅ ਸਾਹਮਣੇ ਉਹਦੇ ਪੈਰ ਉਖੜ ਗਏ ਬਸੇਰੇ ਦੇ ਬਾਕੀ ਮਗਰਮੱਛਾਂ ਵਾਂਗ ਉਹ ਵੀ ਰੁੜ ਗਈ ਲਗਾਤਾਰ ਰੁੜਦਿਆਂ ਉਹ ਨਿੱਕੇ ਵੱਡੇ ਪੱਥਰਾਂ ਨਾਲ ਵੱਜਦੀ ਰਹੀ ਤੇ ਬੇਹੋਸ਼ ਹੋ ਗਈ। ਜਦੋਂ ਹੋਸ਼ ਪਰਤੀ ਤਾਂ ਉਹ ਇੱਕ ਡਿੱਗੇ ਹੋਏ ਰੁੱਖ ਦੇ ਟਾਣਿਆਂ ਵਿੱਚ اٹਕੀ ਹੋਈ ਸੀ। ਪਾਣੀ ਉੱਤਰ ਚੁੱਕਿਆ ਸੀ। ਉਹਨੇ ਘਬਰਾ ਕੇ ਵੇਖਿਆ। ਪਾਣੀ ਦੇ ਵਹਾਅ ਨਾਲ ਉਹ ਜੰਗਲ ਵਿੱਚ ਪਹੁੰਚ ਗਈ ਸੀ। ਨਦੀ ਉਹਦੇ ਨੇੜੇ ਤੇੜੇ ਕਿਤੇ ਵੀ ਨਹੀਂ ਸੀ। ਮਗਰ ਮੱਛਣੀ ਨੂੰ ਇਹੋ ਜਿਹਾ ਕੋਈ ਡਰ ਨਹੀਂ ਸੀ ਕਿ ਉਹ ਪਾਣੀ ਤੋਂ ਬਿਨਾਂ ਮਰ ਜਾਵੇਗੀ। ਪਾਣੀ ਨਾਲ ਮગર ਮੱਛਾਂ ਦਾ ਰਿਸ਼ਤਾ ਮੱਛੀਆਂ ਵਾਂਗ ਨਹੀਂ ਹੈ ਕਹਿਣ ਨੂੰ ਬੇਸ਼ੱਕ ਉਹ ਮગર ਮੱਛ ਕਹਾਉਂਦੇ ਹਨ ਪਰ ਮੱਛੀਆਂ ਨਾਲ ਉਹਨਾਂ ਦੀ ਕੋਈ ਸਾਂਝ ਨਹੀਂ ਮગર ਮੱਛਾਂ ਦਾ ਰਹਿਣ ਸਹਿਣ ਤੇ ਆਦਤਾਂ ਮੱਛੀਆਂ ਨਾਲੋਂ ਬਿਲਕੁਲ ਵੱਖਰੀਆਂ ਹੁੰਦੀਆਂ ਹਨ ਉਹ ਮੱਛੀਆਂ ਵਾਂਗ ਪਾਣੀ ਦੇ ਅੰਦਰ ਸਾਹ ਨਹੀਂ ਲੈ ਸਕਦੇ ਇਹ ਗੱਲ ਵੱਖਰੀ ਹੈ ਕਿ ਉਹ ਪਾਣੀ ਦੇ ਅੰਦਰ ਬਹੁਤ ਦੇਰ ਤੱਕ ਸਾਹ ਰੋਕ ਕੇ ਰੱਖ ਸਕਦੇ ਹਨ ਸਾਹ ਲੈਣ ਲਈ ਉਹਨਾਂ ਨੂੰ ਪਾਣੀ ਤੋਂ ਬਾਹਰ ਆਉਣਾ ਪੈਂਦਾ ਹੈ ਮਗਰਮੱਛ ਬੇਸ਼ੱਕ ਪਾਣੀ ਦੇ ਜੀਵ ਨਹੀਂ ਹਨ ਪਰ ਫੇਰ ਵੀ ਉਹਨਾਂ ਨੂੰ ਪਾਣੀ ਦੇ ਲਾਗੇ ਰਹਿਣਾ ਪੈਂਦਾ ਹੈ ਆਪਣੇ ਸਰੀਰ ਦਾ ਤਾਪਮਾਨ ਠੀਕ ਰੱਖਣ ਲਈ ਉਹਨਾਂ ਨੂੰ ਕਦੇ ਧੁੱਪੇ ਜਾਣਾ ਪੈਂਦਾ ਹੈ ਕਦੇ ਪਾਣੀ ਵਿੱਚ ਜਾਂ ਛਾਂ ਵਿੱਚ ਜਾਣਾ ਪੈਂਦਾ ਹੈ ਇਹ ਮਗਰਮੱਛਾਂ ਦਾ ਨਿਤ ਦਾ ਵਿਹਾਰ ਹੈ ਇਸ ਦੌਰਾਨ ਇਹਨਾਂ ਦਾ ਭੋਜਨ ਦਾ ਆਰ ਵੀ ਚੱਲਦਾ ਰਹਿੰਦਾ ਹੈ ਅਸਲ ਵਿੱਚ ਮਗਰਮੱਛ ਰਿੰਗਣ ਵਾਲੇ ਜੀਵਾਂ ਦੇ ਖਾਨਦਾਨ ਵਿੱਚੋਂ ਹਨ ਇਹਨਾਂ ਦੀ ਕਿਰਲੀਆਂ ਨਾਲ ਨੇੜੇ ਦੀ ਰਿਸ਼ਤੇਦਾਰੀ ਹੈ ਪਰ ਕਿਰਲੀਆਂ ਦੀਆਂ ਵਿਸ਼ੇਸ਼ਤਾਵਾਂ ਮਗਰਮੱਛਾਂ ਨਾਲੋਂ ਵੱਖਰੀਆਂ ਹਨ ਮਗਰਮੱਛ ਆਕਾਰ ਵਿੱਚ ਬਹੁਤ ਵੱਡੇ ਹੋ ਜਾਂਦੇ ਹਨ ਮਗਰਮੱਛਾਂ ਦੇ ਵੱਡੇ ਵਡੇਰੇ ਤਾਂ 50 50 ਫੁੱਟ ਤੱਕ ਲੰਬੇ ਵੀ ਹੁੰਦੇ ਸਨ ਇਹ ਲੰਬਾਈ ਮਗਰਮੱਛਾਂ ਦੀ ਹੁਣ ਦੀ ਲੰਬਾਈ ਤੋਂ 2.5 3 ਗੁਣਾ ਜ਼ਿਆਦਾ ਸੀ ਮਗਰਮੱਛਣੀ ਉੱਥੋਂ ਪਾਣੀ ਦੀ ਭਾਲ ਵਿੱਚ ਤੁਰ ਪਈ ਉਹਨੂੰ ਛੇਤੀ ਹੀ ਪਾਣੀ ਦੀ ਭਰੀ ਹੋਈ ਛੱਪੜੀ ਮਿਲ ਗਈ ਆਪਣੇ ਸਰੀਰ ਦਾ ਤਾਪਮਾਨ ਠੀਕ ਕਰਨ ਲਈ ਉਹ ਪਾਣੀ ਵਿੱਚ ਵੜ ਗਈ ਉਹ ਪਾਣੀ ਦਾ ਜੀਵਣਾ ਵੀ ਸਫਲਤਾ ਨਾਲ ਨਿਭਾਉਣ ਲੱਗੀ। ਸਰੀਰਕ ਬਣਤਰ ਕਰਕੇ ਇਹ ਗੁਣ ਸਾਰੇ ਮਗਰਮੱਛਾਂ ਵਿੱਚ ਹੀ ਹੁੰਦਾ ਹੈ। ਮਗਰਮੱਛਾਂ ਦਾ ਨੱਕ ਲੰਬੀ ਬੂਥੀ ਦੇ ਅਗਲੇ ਸਿਰੇ ਤੇ ਉਤਲੇ ਪਾਸੇ ਹੁੰਦਾ ਹੈ। ਮਗਰਮੱਛਣੀ ਦਾ ਬਾਕੀ ਸਰੀਰ ਪਾਣੀ ਵਿੱਚ ਡੁੱਬਾ ਹੁੰਦਾ ਤਾਂ ਉਹ ਆਪਣਾ ਨੱਕ ਪਾਣੀ ਤੋਂ ਉੱਪਰ ਰੱਖ ਕੇ ਸਾਹ ਲੈ ਲੈਂਦੀ। ਜਦੋਂ ਉਹ ਪਾਣੀ ਦੇ ਅੰਦਰ ਤੈਰਨਾਂ ਲੋਚਦੀ ਤਾਂ ਉਸ ਦੇ ਕੰਨਾਂ ਅਤੇ ਨੱਕ ਉਤੋਂ ਬਣੇ ਹੋਏ ਛੱਪੇ ਉਸ ਦੇ ਕੰਨਾਂ ਅਤੇ ਨੱਕ ਨੂੰ ਬੰਦ ਕਰ ਦਿੰਦੇ। ਇਸ ਤਰ੍ਹਾਂ ਚੱਪੇ ਬੰਦ ਹੋਣ ਕਰਕੇ ਉਹਨਾਂ ਦੇ ਕੰਨਾਂ ਅਤੇ ਨੱਕ ਵਿੱਚ ਪਾਣੀ ਨਹੀਂ ਪੈਂਦਾ ਮਗਰ ਮੱਛੀ ਆਪਣੀਆਂ ਅੱਖਾਂ ਦੇ ਇੱਕ ਪਾਰਦਰਸ਼ੀ ਛੱਪਰ ਰਾਹੀਂ ਬੰਦ ਅੱਖਾਂ ਨਾਲ ਪਾਣੀ ਦੇ ਅੰਦਰ ਵੀ ਵੇਖ ਲੈਂਦੀ ਹੈ ਉਸਦੀ ਜ਼ਬਾਨ ਉੱਤੇ ਵੀ ਇੱਕ ਵਿਸ਼ੇਸ਼ ਪਰਤ ਸੀ ਜਦੋਂ ਉਹ ਪਾਣੀ ਵਿੱਚ ਮੂੰਹ ਖੋਲਦੀ ਸੀ ਤਾਂ ਉਸਦੀ ਜ਼ਬਾਨ ਉੱਤੇ ਬਣੀ ਪਰਤ ਪਾਣੀ ਨੂੰ ਫੇਫੜਿਆਂ ਵਿੱਚ ਜਾਣ ਤੋਂ ਰੋਕ ਦਿੰਦੀ ਮਗਰ ਮੱਛਣੀ ਨੇ ਪਾਰਦਰਸ਼ੀ ਪਲਕਾਂ ਰਾਹੀਂ ਵੇਖ ਲਿਆ ਸੀ ਕਿ ਛੱਪੜੀ ਦੇ ਪਾਣੀ ਵਿੱਚ ਢਿੱਡ ਭਰਨ ਲਈ ਪੂਰਾ ਭੋਜਨ ਨਹੀਂ ਸੀ ਪਰ ਇਸ ਗੱਲ ਦਾ ਮਗਰ ਮੱਛਣੀ ਨੂੰ ਕੋਈ ਫਿਕਰ ਵੀ ਨਹੀਂ ਸੀ ਜੰਗਲ ਵਿੱਚ ਸ਼ਿਕਾਰ ਦੀ ਕੋਈ ਕਾਟ ਨਹੀਂ ਸੀ ਉਹਨੂੰ ਜਦੋਂ ਵੀ ਭੁੱਖ ਲੱਗਦੀ ਉਹ ਆਪੇ ਆਪਣਾ ਭੋਜਨ ਲੱਭ ਲੈਂਦੀ ਪਰ ਉਹ ਬਾਕੀ ਮਗਰ ਮੱਛਾਂ ਨਾਲ ਉਹ ਵਿਛੜ ਕੇ ਬਹੁਤ ਉਦਾਸ ਹੋ ਗਈ ਸੀ ਉਸ ਦਾ ਘਰ-ਬਾਰ ਉਜੜ ਚੁੱਕਿਆ ਸੀ ਤੇ ਉਹ ਬਿਲਕੁਲ ਇਕੱਲੀ ਰਹਿ ਗਈ ਸੀ ਉਹਦਾ ਰੋਣ ਨੂੰ ਦਿਲ ਕੀਤਾ ਪਰ ਉਹ ਰੋ ਨਹੀਂ ਸਕਦੀ ਕੁਦਰਤ ਨੇ ਮગર ਮੱਛਾ ਨੂੰ ਕੁਝ ਇਸ ਤਰ੍ਹਾਂ ਦਾ ਬਣਾਇਆ ਹੈ ਕਿ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਆ ਹੀ ਨਹੀਂ ਸਕਦੇ ਲੋਕਾਂ ਨੇ ਐਵੇਂ ਹੀ ਉਹਨਾਂ ਦੀ ਜਾਤ ਵਾਲਿਆਂ ਦੇ ਮੁਹਾਵਰੇ ਜਿਵੇਂ ਮગર ਮੱਛ ਤੇ ਹੰਝੂ ਵਹਾਉਣਾ ਤੇ ਅਖਾਣ ਬਣਾਏ ਹੋਏ ਹਨ ਜਦੋਂ ਵੇਲਾ ਆਇਆ ਤਾਂ ਮગર ਮੱਛਣੀ ਨੇ ਉਸ ਖੋਲ ਨੂੰ ਚਿੱਟੇ ਆਂਡਿਆਂ ਨਾਲ ਭਰ ਦਿੱਤਾ ਆਂਡਿਆਂ ਦੀ ਗਿਣਤੀ 30 ਤੋਂ 90 ਤੱਕ ਕੋਈ ਵੀ ਹੋ ਸਕਦੀ ਸੀ ਆਂਡਿਆਂ ਨੂੰ ਸੇਣ ਲਈ ਨਿਗਦੀ ਲੋੜ ਸੀ ਉਨੇ ਆਲਣੇ ਉੱਤੇ ਮੋਟੀਆਂ ਟਾਹਣੀਆਂ ਦੀ ਛੱਤ ਪਾ ਕੇ ਛੱਤ ਨੂੰ ਵੀ ਗਾਰੇ ਨਾਲ ਲਿਪ ਦਿੱਤਾ ਆਲਣੇ ਅੰਦਰ ਟਾਹਣੀਆਂ ਤੇ ਪੱਤਿਆਂ ਦੇ ਸੜਨ ਨਾਲ ਪੈਦਾ ਹੋਈ ਪੜਾਸ ਨੇ ਆਂਡਿਆਂ ਨੂੰ ਲੁੜੀਂਦੀ ਤਪਸ਼ ਦੇਣੀ ਸੀ ਵੇਲੇ-ਵੇਲੇ ਮગર ਮਛਣੀ ਆਪ ਵੀ ਆਲਣੇ ਉੱਤੇ ਲੇਟੀ ਰਹਿੰਦੀ ਸੀ ਆਂਡਿਆਂ ਵਿੱਚੋਂ ਬੱਚੇ ਨਿਕਲਣ ਵਿੱਚ 60 ਤੋਂ ਲੈ ਕੇ 90 ਦਿਨ ਲੱਗ ਜਾਂਦੇ ਹਨ ਬੱਚੇ ਨਿਕਲਣ ਤੱਕ ਆਲਣੇ ਨੂੰ ਗਿੱਲਾ ਵੀ ਰੱਖਣਾ ਪੈਂਦਾ ਸੀ ਆਉਣ ਵਾਲੀ ਜੀਬੰਦ ਆਲਣੇ ਦੇ ਗੂੜੇ ਹਨੇਰੇ ਵਿੱਚ ਆਂਡਿਆਂ ਦੇ ਰੂਪ ਵਿੱਚ ਪਏ ਸਨ ਆਮ ਨਜ਼ਰੇ ਕੋਈ ਖਤਰੇ ਵਾਲੀ ਗੱਲ ਨਹੀਂ ਸੀ ਜਾਬਦੀ ਪਰ ਮਗਰ ਮਛਣੀ ਨੂੰ ਸਾਰੇ ਖਤਰਿਆਂ ਦੀ ਜਾਣਕਾਰੀ ਸੀ ਜੰਗਲੀ ਸੂਰ ਗਿੱਦੜ ਕਿਰਲੇ ਚੀਲਾ ਕਛੂਕੂਮੇ ਤੇ ਹੋਰ ਜੀਵ ਵੀ ਮਗਰ ਮਛਣੀ ਦੇ ਆਂਡਿਆਂ ਦੀ ਸੁਰੱਖਿਧੇ ਸਨ ਜਦੋਂ ਵੀ ਉਹਨਾਂ ਦਾ ਦਾ ਲੱਗਦਾ ਆਲਣੇ ਦੀ ਛੱਤ ਤੋੜ ਕੇ ਆਂਡੇ ਖਾ ਜਾਂਦੇ ਸਨ ਮਗਰ ਮੱਛਣੀ ਲਈ ਜ਼ਰੂਰੀ ਸੀ ਕਿ ਉਹ ਹਰ ਵੇਲੇ ਚੌਕਸੀ ਵਰਤੇ ਦਿਨ ਪੁੱਗਣ ਪਿੱਛੋਂ ਆਂਡਿਆਂ ਵਿੱਚੋਂ ਕਿੰਨੇ ਸਾਰੇ ਨਿੱਕੇ ਨਿੱਕੇ ਮਗਰਮੱਛਾ ਨੇ ਜਨਮ ਲੈਣਾ ਸੀ ਇੰਨੇ ਜੀਆਂ ਦੇ ਰਹਿਣ ਲਈ ਛੱਪੜੀ ਨੂੰ ਹੋਰ ਖੁੱਲ੍ਹਾ ਕਰਨ ਦੀ ਲੋੜ ਸੀ ਮਗਰਮੱਛਣੀ ਇਸ ਕੰਮ ਵਿੱਚ ਵੀ जुट ਗਈ ਉਹਨੇ ਆਪਣੇ ਮਜ਼ਬੂਤ ਜਬਾੜਿਆਂ ਨਾਲ ਛੱਪੜੀ ਦੀਵਾਰਿਓਂ ਝਾੜੀਆਂ ਬੂਟੇ ਸਾਫ਼ ਕੀਤੇ ਮਿੱਟੀ ਤੇ ਚਿੱਕੜ ਨੂੰ ਉਹਨੇ ਪੈਰਾਂ ਤੇ ਪੂਛ ਦੀ ਸਹਾਇਤਾ ਨਾਲ ਕਿਨਾਰਿਆਂ ਤੋਂ ਪਰਾਂ ਸੁੱਟਣਾ ਸ਼ੁਰੂ ਕਰ ਦਿੱਤਾ। ਛੱਪੜੀ ਦਾ ਘੇਰਾ ਹੌਲੀ-ਹੌਲੀ ਲਗਭਗ 10 ਕਰਮਾ ਹੋ ਗਿਆ। ਕੁਝ ਦਿਨਾਂ ਵਿੱਚ ਮગરਮੱਛਣੀ ਨੇ ਛੱਪੜੀ ਦੀ ਡੁੰਗਾਈ ਵੀ 6 ਫੁੱਟ ਤੱਕ ਕਰ ਲਈ। ਇੱਕ ਦਿਨ ਮગરਮੱਛਣੀ ਨੇ ਬੰਦ ਆਲਣੇ ਵਿੱਚੋਂ ਬੇਚੈਨੀ ਭਰੀਆਂ ਚੀਕਾਂ ਦੀ ਮੱਦਮ ਜਿਹੀ ਆਵਾਜ਼ ਸੁਣੀ। ਮગરਮੱਛਣੀ ਘਬराई ਹੋਈ ਆਲਣੇ ਵੱਲ ਦੌੜੀ। ਉਨੇ ਕਾਲੀ ਕਾਲੀ ਆਲਣੇ ਦੀ ਛੱਤ ਤੋੜੀ ਅਗਲੇ ਪੈਰਾਂ ਨਾਲ ਛੱਤ ਦਾ ਮਲਬਾ ਪਾਸੇ ਕਰਦਿਆਂ ਉਹਨੇ ਆਂਡਿਆਂਵਾਂ ਵੇਖਿਆ ਆਂਡਿਆਂ ਨੂੰ ਵੇਖ ਕੇ ਉਹਦੇ ਮੂੰਹੋਂ ਖੁਸ਼ੀ ਭਰੀ ਆਵਾਜ਼ ਨਿਕਲੀ ਕਈ ਆਂਡੇ ਟਿੜਕੇ ਹੋਏ ਸਨ ਬਹੁਤ ਸਾਰੇ ਆਂਡਿਆਂ ਵਿੱਚੋਂ ਮਗਰਮੱਛਣੀ ਦੇ ਬੱਚੇ ਬਾਹਰ ਨਿਕਲਣ ਲਈ ਤਰਲੋ ਮੱਛੀ ਹੋ ਰਹੇ ਸਨ ਟੁੱਟ ਚੁੱਕੇ ਕੁਝ ਆਂਡਿਆਂ ਵਿੱਚੋਂ ਉਹਨਾਂ ਦੀਆਂ ਸਿਰੀਆਂ ਬਾਹਰ ਝਾਕ ਰਹੀਆਂ ਸਨ ਉਹ ਨਿੱਕੇ ਮગર ਮੱਛਾਂ ਦੀ ਆਂਡਿਆਂ ਦੇ ਖੋਲਾਂ ਵਿੱਚੋਂ ਬਾਹਰ ਨਿਕਲਣ ਵਿੱਚ ਸਹਾਇਤਾ ਕਰਨ ਲੱਗ ਪਈ ਮગરਮੱਛਰੀ ਨੇ ਆਪਣਾ ਪੂਰਾ ਮੂੰਹ ਖੋਲ ਲਿਆ ਨਿੱਕੇ ਨਿੱਕੇ ਕਿਰਲੇ ਜਿਹੇ ਆਂਡਿਆਂ ਵਿੱਚੋਂ ਨਿਕਲਣਸਾਰ ਹੀ ਉਸਦੇ ਮੂੰਹ ਵਿੱਚ ਵੜ ਗਏ ਨਿੱਕੇ ਮગરਮੱਛਾਂ ਦੇ ਪਹਿਲੇ ਪੂਰ ਨੂੰ ਖੁੱਲੇ ਮੂੰਹ ਵਿੱਚ ਬਿਠਾ ਕੇ ਉਹ ਪਾਣੀ ਵਿੱਚ ਛੱਡਣ ਲਈ ਤੁਰ ਪਈ ਆਂਡੇ ਤੇਜ਼ੀ ਨਾਲ ਟੜਕਣੇ ਸ਼ੁਰੂ ਹੋ ਗਏ ਮਗਰ ਮਛਣੀ ਆਪਣੇ लाਡਲਿਆਂ ਨੂੰ ਪਾਣੀ ਵਿੱਚ ਛੱਡ ਕੇ ਵਾਪਸ ਆਈ ਤਾਂ ਆਲਣਾ ਮੋੜ ਨਿੱਕੇ-ਨਿੱਕੇ ਮਗਰਮੱਛਾਂ ਨਾਲ ਭਰਿਆ ਹੋਇਆ ਸੀ। ਉਹਨੇ ਮੂੰਹ ਅੱਗੇ ਕੀਤਾ ਤਾਂ ਉਹਨਾਂ ਵਿੱਚੋਂ 4-5 ਜਾਣੇ ਉਹਦੇ ਸਿਰ ਉੱਤੇ ਚੜ ਗਏ। ਉਹਨਾਂ ਨੂੰ ਸਿਰ ਉੱਤੇ ਚੁੱਕੀ ਉਹ ਮੋੜ ਛੱਪੜੀ ਵੱਲ ਤੁਰ ਪਈ। ਬਾਕੀ ਰਹਿ ਗਏ ਨਿੱਕੇ ਮਗਰਮੱਛ ਵੀ ਛੋਟੇ-ਛੋਟੇ ਪੈਰਾਂ ਨਾਲ ਇੱਕ ਦੂਜੇ ਨੂੰ ਧੱਕੇ ਦਿੰਦੇ ਉਹਦੇ ਪਿੱਛੇ ਤੁਰ ਪਏ। ਨਿੱਕੇ ਮਗਰਮੱਛ ਪਾਣੀ ਵਿੱਚ ਇੱਧਰ-ਉੱਧਰ ਤੈਰਦੇ ਹੋਏ ਬਹੁਤ ਸੋਹਣੇ ਲੱਗ ਰਹੇ ਸਨ ਮਗਰਮੱਛਣੀ ਨੂੰ ਕੁਝ ਜਿੜ ਫਿਕਰ ਵੀ ਹੋਇਆ ਬਹੁਤੇ ਜੀਵ ਮਗਰਮੱਛਣੀ ਤੋਂ ਡਰਦੇ ਸਨ ਪਰ ਮੌਕਾ ਮਿਲਣ ਤੇ ਨਿੱਕੇ ਮਗਰਮੱਛਾਂ ਨੂੰ ਫੜ ਕੇ ਖਾ ਜਾਂਦੇ ਸਨ ਨਿੱਕੇ ਮਗਰਮੱਛਾਂ ਦੀ ਰਾਖੀ ਕਰਨੀ ਬਹੁਤ ਔਖੀ ਸੀ ਉਹ ਆਪ ਖੁਦਰੇ ਤੇ ਸ਼ਰਾਰਤੀ ਸਨ ਉਹ ਆਪਣੀ ਮਰਜ਼ੀ ਨਾਲ ਇੱਧਰ-ਉੱਧਰ ਚਲੇ ਜਾਂਦੇ ਸਨ ਇਹੋ ਜਿਹੇ ਵੇਲੇ ਦੂਜੇ ਜੀਵਾਂ ਦਾ ਨਿੱਕੇ ਮਗਰਮੱਛਾਂ ਨੂੰ ਖਾਣ ਦਾ ਦਾ ਲੱਗ ਜਾਂਦਾ ਸੀ ਇੱਕ ਇੱਕ ਕਰਕੇ ਕਈ ਦਿਨ ਬੀਤ ਚੁੱਕੇ ਸਨ ਉਸ ਵੇਲੇ ਕੁਝ ਨਿੱਕੇ ਮਗਰਮੱਛ ਪਾਣੀ ਵਿੱਚ ਤੈਰ ਰਹੇ ਸਨ ਤੇ ਕੁਝ ਪਾਣੀ ਤੋਂ ਬਾਹਰ ਖੇਡ ਰਹੇ ਸਨ ਇੱਕ ਨਿੱਕਾ ਮਗਰਮੱਛ ਦੋਵੇਂ ਪੈਰ ਇਕੱਠੇ ਵਰਤ ਕੇ ਗਾਲ ਲੜਵਾਂਗ ਛੜੱਪੇ ਲਾ ਰਿਹਾ ਸੀ ਇੱਕ ਹੋਰ ਮਿੱਟੀ ਵਿੱਚੋਂ ਕੀੜੇ ਮਕੌੜੇ ਲੱਭ ਕੇ ਖਾ ਰਿਹਾ ਸੀ ਪਰ ਭੋਜਨ ਸਿਰਫ ਬਾਹਰ ਹੀ ਨਹੀਂ ਸੀ ਪਾਣੀ ਦੇ ਚਲਿਆ ਅੰਦਰ ਵੀ ਸੀ ਇੱਕ ਜਣੇ ਨੇ ਪੂੰਛ ਮੋੜ ਕੇ ਕੁੰਡੀ ਕੀਤੀ ਹੋਈ ਸੀ ਤੇ ਮੱਛਰ ਦੇ ਲਾਰਵੇ ਨੂੰ ਆਪਣੇ ਘੇਰੇ ਵਿੱਚ ਲੈ ਕੇ ਖਾ ਰਿਆ ਸੀ ਮਗਰ ਮੱਛਾਂ ਦੇ ਰਹਿਣ ਸਹਿਣ ਦੇ ਢੰਗ ਕਾਰਨ ਝੀਲ ਦੇ ਨੇੜੇ ਪਾਣੀ ਦੇ ਕਈ ਨਿੱਕੇ ਵੱਡੇ ਚਲੇ ਬਣ ਗਏ ਇਨ੍ਹਾਂ ਟੋਇਆਂ ਦੇ ਗੰਦੇ ਪਾਣੀ ਵਿੱਚ ਲਾਰਵੇ ਦੀ ਘਾਟ ਨਹੀਂ ਸੀ ਨਿੱਕੇ ਮਗਰਮੱਛ ਹਲੇ ਸੱਚਮੁੱਚ ਹੀ ਨਿੱਕੇ ਸਨ ਉਮਰ ਦੇ ਪਹਿਲੇ ਵਰੇ ਉਹਨਾਂ ਆਪ